ਦੋ ਮਿੰਟ ਦਾ ਟਾਈਮ ਸੀ, ਹੁਣ 5 ਮਿੰਟ ਦਾ ਟਾਈਮ ਹੋ ਗਿਆ, ਕਿਉਂਕਿ ਪ੍ਰਵੀਨ ਕਹਿੰਦਾ ਵੀ 5 ਮਿੰਟ ਦਾ ਟਾਈਮ ਦਿਓ, ਕਈ ਵਾਰੀ ਗਰਮੀ ਪੈ ਜਾਂਦੀ ਹੈ। 10 ਕਿਲੋ ਲੰਗੋਟ ਨੂੰ ਹੱਥ ਪਾਉਣਾ, ਮੇਰੇ ਵੀ ਮਿੱਟੀ ਪਾਉਂਦਾ ਕਿਤੇ ਲੰਗੋਟ ਨੂੰ ਫੜਨਾ, ਕਿਉਂਕਿ ਛੁਡਾਇਆ ਜਾਣਾ। ਲਓ ਸਿਰੇ ਦੀ ਕੁਸ਼ਤੀ ਦੀ ਸ਼ੁਰੂਆਤ ਹੋ ਗਈ ਹੈ, ਕਿਉਂ ਗੂਗਲ ਤੋਂ ਸਰਚ ਨਹੀਂ ਹੁੰਦੇ, ਹੌਸਲੇ ਲੱਗਦੀ ਦਲੇਰੀਆਂ ਦੀ ਸਿਰ ਨਹੀਂ ਹੁੰਦੀ, ਮਿਲਦੇ ਜਨੂਨ ਡਿਸਕਾਊਂਟ ਤੇ ਨਹੀਂ, ਜਜ਼ਬੇ ਦੀ PDF ਮਿਲਦੀ ਹੁੰਦੀ, ਖੇਤਾਂ ਵਾਲੀ ਪਈ ਨਾਤ ਕਿੱਥੋਂ ਦੱਸਦੇ, ਦੇਖ ਰਹੀ ਜ਼ਮੀਨ ਪੈਣ ਖਿਆਲ ਤੋੜ ਦੋ, ਫੋਕਰਾਂ ਸਿਖਾਉਂਦੀਆਂ ਨੇ ਬੰਦ ਜੁੜਦਾ, ਜੇਤੂ ਮੰਨ ਦੇ ਲਈ ਨਾਲ ਸਾਡਾ ਭਰਾ ਸ਼ਿੰਦਰ ਸਵਰਾ ਨਿਊਜ਼ੀਲੈਂਡ ਕੇਸ ਟੋਨੀ ਜਾਲ ਸਾਵਰਾ ਦੇ ਵੱਲੋਂ ਵੀ ਜਿਹੜੀ ਵੱਡੀ ਰਾਸ਼ੀ ਲੱਗ ਗਈ, ਜਿਹੜਾ ਮੰਨ ਜਿੱਤੇਗਾ ਤੇ 5000 ਰੁਪਇਆ ਇਹਨਾਂ ਦੇ ਵੱਲੋਂ ਵੀ ਜਿਹੜਾ ਦਿੱਤਾ ਜਾਣਾ। ਲਓ ਵੱਡੀ ਕੁਸ਼ਤੀ ਜਾ ਰਹੀ, ਇੱਕ ਪਾਸੇ ਭੋਲਾ ਬਲਵਾਨ ਜੀ ਕਾਸ਼ਨੀ ਖਾੜਾ ਤਲੇਤਾ ਤੇ ਪ੍ਰਵੀਨ ਬਰਮਾ ਜੀ ਕੁਹਾਲੀ ਦੇ ਦਰਮਿਆਨ ਕੁਸ਼ਤੀ ਹੈ। ਭੋਲਾ ਕਾਸ਼ਨੀ ਉਸ ਇਲਾਕੇ ਦਾ ਪਹਿਲਵਾਨ ਹੈ ਜਿੱਥੋਂ ਦੀ ਵਿਦੇਸ਼ ਫਟਾਟ ਨੇ
ਸਰਦਾਰ ਜਗਵਿੰਦਰ ਸਿੰਘ ਜੀ ਸਾਡੇ ਗੁਆਂਢੀ ਨਗਰ ਦਿਵਾਲੀ ਤੋਂ ਰਿਟਾਇਰ ਕਰ ਲੂ ਹੋ ਤੇ ਉਹ ਵੀ ਸਾਡੇ 2020 ਯਾਨੀ ਬੇਟੀ ਦੀ ਪਹਿਲਾਂ ਭਾਈ ਪਹਿਲਾਂ ਨਿੱਕੀ ਤੋਂ ਇਹ ਰਿਟਾਇਰ ਕਰ ਲੂ ਹੋ ਉਹ ਸੈਨਿਕ ਬੇਟੀ ਨੂੰ 2100 ਰੁਪਈਆ ਦਿੰਦੇ ਆ 2000 ਰੁਪਈਆ ਮੈਂ ਉਹਨਾਂ ਦਾ ਸੈਨਿਕ ਬੇਟੀ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਨਗਰ ਸਭਾ ਵੱਲੋਂ ਲਖਵੀਰ ਸਿੰਘ ਜੀ ਦੀਵਾਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਸ਼ੁਕਰੀਆ ਨਵੀਂ ਹੁਣ ਤੁਸੀਂ ਵੀ ਸ਼ਰਮਾ ਸਾਹਿਬ ਇੱਕ ਨੋਟ ਕਰਿਓ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਦੇਣ ਲੱਗੇ ਆ ਠੀਕ ਹੈ ਜੀ ਇੱਕ ਸਾਲ ਆ ਸਾਲ ਦੀ ਜਿਹੜੀ 100,000 ਤੇ 50,000 ਇੱਕ ਦੋ ਦਿਓ ਜੀ ਕਰਨ ਦੇ ਜੀ ਇੱਕ ਮੈਂ ਬਹੁਤ ਵੱਡੀ ਅਨਾਊਂਸਮੈਂਟ ਉਹੀ ਕਰ ਲੱਗੇ ਸੀ ਅਸੀਂ ਵੀ ਬਹੁਤ ਵੱਡੀ ਅਨਾਊਂਸਮੈਂਟ ਦੁਨੀਆਂ ਦੇ ਵੱਡੇ ਖੇਡ ਪ੍ਰਮੋਟਰ ਟਾਈਗਰ ਸਪੋਰਟਸ ਕਲੱਬ ਤਰੰਗਾ ਵਾਲੇ ਸ਼ਿੰਦਰ ਸੰਗਰਾ ਨੇ ਐਲਾਨ ਕਰ ਦਿੱਤਾ ਕਿ ਅਗਲੇ ਸਾਲ ਪਰਿਵਾਰ ਵੱਲੋਂ ਜਿਹੜੇ ਪੈਸੇ ਪੁੱਜੇ ਆ 21,000 ਰੁਪਇਆ ਜਿੱਤਣ ਵਾਲੇ ਮਨ ਨੂੰ ਜਿਹੜੀ ਕੁਸ਼ਤੀ ਚੱਲ ਰਹੀ ਹੈ ਤੇ 5100 ਰੁਪਇਆ ਜਿਹੜਾ ਦਿੱਤਾ ਜਾਣਾ ਸਾਡੇ ਸ਼ਿੰਦਰ ਸਮਰਾ ਦੀ ਸਾਰੇ ਨਿਊਜ਼ੀਲੈਂਡ ਵਾਲੇ ਮਿੱਤਰਾਂ ਦੇ ਵੱਲੋਂ ਕਿ ਪਿੰਜਰਾ ਲੱਖ ਹੋਵੇ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ ਜੁੱਤੀ ਪੈਰਾਂ ਚ ਹੋਵੇ ਭਾਵੇਂ ਸੋਨੇ ਦੀ ਪਾਕ ਹਾਂ ਪਾਕ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਪਰ ਉਹ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾਂ ਮਲਾਹ ਦੇ ਨਹੀਂ ਪਾਰ ਜਾ ਸਕਦਾ ਪਿਆਰਾ ਸਿੰਘ ਦਾ ਸ਼ੇਰ ਮਰ ਜੂ ਭੁੱਖ ਦੁੱਖੋਂ ਪਰ ਮਰਦਾ ਮਰਦਾ ਕਦੇ ਘਾਹ ਨਹੀਂ ਖਾ ਸਕਦਾ ਅਗਲੇ ਸਾਲ ਹੋਰ ਟਰੈਕਟਰ ਦਿੱਤਾ ਜਾਣਾ ਸਾਡੇ ਕੇ ਸਰਵੀ ਨੇ ਜੋ ਸਾਹਮਣੇ ਜਾ ਖਿਡਾਰੀਆਂ ਨੂੰ ਭਲਵਾਨਾਂ ਨੂੰ
ਤਿਰੰਗਾ ਸਿੱਖ ਸੁਸਾਇਟੀ, ਤਿਰੰਗਾ ਸੁਖਦੇਵ ਸਿੰਘ ਜੀ ਸਮਰਾ, ਸੁੰਦਰ ਸਮਰਾ, ਢੋਲਾ ਸਮਰਾ ਨਾਲ ਮਨਜਿੰਦਰ ਸਿੰਘ ਖੋਤਾ, ਭੁਪਿੰਦਰ ਪਾਥਲੇ ਹੋਣੀ ਅਨੇਕ ਸਮਰੇ ਹੋਣੀ ਐਲਾਨ ਕਰ ਦਿੱਤਾ ਕਿ ਮਾਘੀ ਕੇ ਪਰਿਵਾਰ ਵੱਲੋਂ ਫਾਰਮ ਟਰੈਕ ਟਰੈਕਟਰ, ਇੱਕ ਪਾਸੇ ਭੋਲਾ ਕਾਸ਼ਨੀ, ਪਰਲੇ ਪਾਸੇ ਹਰਿਆਣੇ ਦਾ, ਉਹਦੇ ਪਾਸੇ ਪ੍ਰਵੀਨ ਕਹਾਲੀ ਹੈ ਤੇ ਬੁਲਟਾਂ ਦੇ ਜੇਤੂ ਹੈ, ਛਿੰਝਾਂ ਪੈਂਦੀਆਂ ਰੱਬ ਦੇ ਨਾਂ ਉੱਤੇ, ਵੱਡੇ ਪੀਰ ਫਕੀਰਾਂ ਨੂੰ ਵੀ ਧੌਣ ਛਿੰਝਾਂ, ਜਿਹੜੇ ਨਗਰਾਂ ਵਿੱਚ ਛਿੰਝਾਂ ਪੈਂਦੀਆਂ ਨੇ ਉਹਨਾਂ ਨਗਰਾਂ ਦੇ ਨਾਮ ਵਧਾਉਣ ਛਿੰਝਾਂ, ਕਿੱਥੇ ਮਨ ਦੀ ਨਾ ਫੈਂਦੂ ਹੋਵੇ ਕੁਸ਼ਤੀ, ਸਦਾ ਦਿਲ ਤੋਂ ਇਹੋ ਚਾਹੁਣ ਛਿੰਝਾਂ, ਕਾਰਾਂ ਟਰੈਕਟਰ ਉਹਨਾਂ ਦੇ ਭੁੱਲ ਵਾਲਿਆਂ ਨੂੰ ਬੁਲਟਾਂ ਉੱਪਰ ਵੀ ਚੜ੍ਹਾਉਣ ਛਿੰਝਾਂ, ਮੰਗ ਰੱਬ ਤੋਂ ਖੈਰ ਜਹਾਨ ਯਾਰਾ, ਧਰਤੀ ਉੱਪਰ ਰੰਗ ਲਗਾਉਣ ਛਿੰਝਾਂ। ਇੱਕ ਮਿੰਟ ਦਿਓ ਜੀ, ਇੱਕ ਮਿੰਟ ਦਿਓ, ਕਹਿੰਦੇ ਰਕੇਸ਼ ਸਾਡੀ ਕਿਸ਼ਨ ਗੋਤਰ ਟਕੈਤ ਜੀ ਨੂੰ ਪਿਆਰ ਦੇ ਨਾਲ ਕਹਿੰਦੇ ਆ, ਆਓ ਮੇਰਾ ਵੀਰ, ਜਿਸ ਭਰਾ ਦਾ 5500 ਦੀ ਨਗਦ ਰਾਸ਼ੀ ਦਾ ਸਨਮਾਨ ਕੀਤਾ ਜਾ ਰਿਹਾ ਸਾਡੇ ਸਮਰਾਵਾਂ ਦੇ ਸਾਰੇ ਮਿੱਤਰਾਂ ਦੇ ਵੱਲੋਂ, ਧੰਨਵਾਦ ਹੈ ਸਾਡੀ ਸਾਰੀ ਨਗਰ ਦੀ ਪੰਚਾਇਤ ਦੇ ਵੱਲੋਂ, ਸ਼੍ਰੋਮਣੀ ਕਮੇਟੀ ਦੇ ਵੱਲੋਂ, ਕਿਸ਼ਨ ਕੋਚ ਤਲੇਤੇ ਦਾ 5500 ਦੀ ਨਗਦ ਰਾਸ਼ੀ ਦਾ ਸਨਮਾਨ, ਇੱਕ ਵਾਰ ਤਾੜੀ ਮਾਰ ਦਿਓ ਮੇਰੇ ਭਰਾ ਦੇ ਲਈ, ਬਹੁਤ ਬਹੁਤ ਧੰਨਵਾਦ। ਸੁਦੀਪ ਦਦਰਾ ਕਾਲੇ ਸ਼ਕਤੀ ਦਾ ਭਤੀਜਾ ਜਿਸ ਭਰਾ ਦੇ ਵੱਲੋਂ 2 ਦਬੜੇ ਨੰਬਰ ਚੱਡੀ ਦੇ 5500 ਮੁੰਡਾ ਜਿੱਤਣ ਵਾਲੇ ਮੰਨ ਲਓ, ਉਧਰ ਹੈਪੀ ਮਾਹੀ ਸਾਡਾ ਭਰਾ ਤੇ ਸੋਨੂ ਕਹਵੇ ਜਿਹਨਾਂ ਦੇ ਵੱਲੋਂ 21,000 ਰੁਪਇਆ ਦਿੱਤਾ ਜਾਣਾ ਆਹ ਕੁਸ਼ਤੀ ਦੇ ਵਿੱਚੋਂ, ਜਿਹੜਾ ਮੰਨ ਜਿੱਤੇਗਾ ਐਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ, ਜਿੱਦਾਂ ਕਿ ਕੌਣ ਜਿੱਤਦਾ ਪਰ ਹਮਰਾ ਪਹਿਲਾਂ ਸਮੇਂ ਦੀ ਹੈ। ਜਿਹਦੇ ਹਰ
ਨਹੀਂ ਆਉਂਦੀ ਵੱਖਰੀ ਸ਼ਾਨ ਇਧਰਲੇ ਪਾਸੇ ਸਿਰੇ ਦੀ ਕੁਰਤੀ ਭੋਲਾ ਦਾਸ਼ਨੀ ਕਾੜਾ ਤਰੇਤਾ ਦੇ ਨਾਲ ਪ੍ਰਵੀਨ ਪਰਵਾਨ ਦੀ ਕੁਹਾੜੀ ਦੇ ਦਰਮਿਆਨ ਕੁਸ਼ਤੀ ਸਰਜੀਤ ਬਦਰਾ ਜੀ ਜੂਆ ਸਿੰਘ ਜਨਾ ਬਲੋ 21,000 ਡਰਾਈਵਰਾਂ ਅਮਰੀਕਾ ਵਾਲਿਆ ਕਿੱਥੇ ਜਾਂਦੀ ਤਨਖਾਹ ਹੈਪੀ ਜੀ ਮਾਹੀ ਜੀ ਕਹਿੰਦੇ ਦਵਾਂਗੇ ਭਲਵਾਨੀ ਤੋਂ ਲਟਾ ਤੇਰੀ ਵੇ ਡਰਾਈਵਰ ਅਮਰੀਕਾ ਵਾਲਿਆ ਕਿੱਥੇ ਜਾਂਦੀ ਤਨਖਾਹ ਪਰ ਇਧਰਲੇ ਪਾਸੇ ਕੁਸ਼ਤੀ ਟਾਪ ਦੀ ਚੱਲ ਰਹੀ ਇੱਕ ਪਾਸੇ ਪ੍ਰਵੀਨ ਪਹਿਲਵਾਨ ਦੀ ਕੁਹਾੜੀ ਦੂਸਰੇ ਪਾਸੇ ਭੋਲਾ ਕਾਸ਼ਨੀ ਖਾਣਾ ਤਲੇਤਾ ਸਾਡੇ ਸ਼ਿੰਦਰ ਸਮਰਾ ਜੀ ਨਿਊਜ਼ੀਲੈਂਡ ਵਾਲੇ ਸ੍ਰੀਨਗਰ ਦੇ ਵੱਡੇ ਪ੍ਰਮੋਟਰ ਨੇ ਉਹਨਾਂ ਵੱਲੋਂ 5,500 ਰੁਪਏ ਜਿੱਤਣ ਦੇ ਭਗਵਾਨ ਨੇ ਲਾਇਆ ਹੋਇਆ ਹੈਪੀ ਸਾਡਾ ਭਰਾ ਮਾਹੀ ਸੋਨੂੰ ਕੈਲੇ ਅਤੇ ਸੋਨੂੰ ਜਲੰਧਰ ਦੇ ਵੱਲੋਂ 21,000 ਰੁਪਇਆ ਦਿੱਤਾ ਜਾਣਾ ਸਰਜੀਤ ਦਦਰਾ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮਨ ਜਿੱਤੂ ਤਾਂ ਵੱਡੀ ਰਾਸ਼ੀ ਐਨ ਸਿਰੇ ਦੇ ਮਨ ਨੇ ਦੋਨੇ ਸਰਦਾਰ ਅਵਤਾਰ ਸਿੰਘ ਜੀ ਢੋਲਾ ਖਹਿਰਾ ਬੜੀਆ ਬਲੌਰ ਵਾਲੇ ਅੱਜ ਦੇ ਸ਼ਿਨ ਮੇਲੇ ਨੂੰ ਲਾਈਵ ਦੇਖ ਲੈਣਾ ਭਰਾਵਾਂ ਦਾ ਧੰਨਵਾਦ ਅੱਜ ਦੀ ਕਹਿੰਦੇ ਸਿਰੇ ਦੀ ਟੱਕਰ ਸੰਗਰਾਮਾਂ ਦੀ ਧਰਤੀ ਦੇ ਵਿੱਚ ਦੁਨੀਆਂ ਦੇ ਮੰਨੇ ਪ੍ਰਮਾਨਿਤ ਜਿਹੜੇ ਅੱਜ ਇਹ ਵੱਡੇ ਮੰਨ ਪੁੱਜੇ ਹੋਏ ਆ ਕਿ ਪੱਟੇ ਜਾਂਦੇ ਨੇ ਪਹਾੜ ਹੁੰਦੇ ਜੰਗਲ ਵਾਦ ਨੇ ਅੱਗ ਬਰਫਾਂ ਚਲਾਉਣੀ ਸਾਡੇ ਜਿਗਰੇ ਫਲਾਟ ਨੇ ਆਪੇ ਰਾਤੀ ਸਾਡੀ ਕਰੂਗਾ ਅਕਾਲ ਬਲਿਆ ਉਹ ਮਾੜੇ ਟਾਈਮ ਦੀ ਚੁਕਾ ਦਿਆਂਗੇ ਛਾਲ ਬਲਿਆ ਮਾੜੇ ਟਾਈਮ ਦੀ ਲਮਕਾ ਦਿਆਂਗੇ ਛਾਲ ਬਲਿਆ ਮਾੜੇ ਟਾਈਮ ਦੀ ਛਾਲ ਬੰਦਾ ਤਾਂ ਹੀ ਬਣਦਾ ਜੇ ਪਰਮਾਤਮਾ ਕਿ ਰਾਤਾਂ ਨੂੰ ਵੀ ਸੋਨੇ ਜਿਹੜਾ ਦਿਨੇ ਅੱਗ ਲਾਉਣੀ ਨੌਜਵਾਨਾਂ ਪ੍ਰਵੀਨ ਬਾਦਲ ਅੱਗੇ ਨੂੰ ਕੁਸ਼ਤੀ ਬਹੁਤ ਵਧੀਆ ਚੱਲ ਰਹੀ ਹੈ ਦੋਨੇ ਮੱਲਾਂ ਦੇ ਦਰਮਿਆਨ ਮਰਸਰੀ ਤੇ ਵਾਈਪਰ ਵਾਂਗ ਚੱਲਦੀਆਂ ਬਾਹਾਂ ਸਿਰੇ ਦੀ ਟੱਕਰ ਉੱਡਦੀ ਮਾਂ ਮਿੱਟੀ ਦੀ ਧੂੜ ਬੱਲੇ ਬੱਲੇ ਕਰਾਈ ਹੋਈ ਹੈ ਕਿ ਐਨ ਸਿਰੇ ਸਿਰੇ ਦੇ ਮੱਲ ਨੇ ਕਿ ਰੰਗ ਤੇ ਮਰੁੰਡ ਜਿਹੜੇ ਰੁੱਖ ਹੋ ਗਏ ਉਹਨਾਂ ਉੱਤੇ ਪਾਉਂਦੇ ਨਾ ਪਰਿੰਦੇ ਆਲਣੇ ਜਿਹੜੇ ਰੱਖੇ ਨੇ ਸਾਂਭ ਕੇ ਸਰੀਰ ਮਿੱਤਰੋ ਦੱਸੋ ਕਾਹਨੂੰ ਚੇਤਾ ਵਿੱਚ ਗਾਲਣਾ ਮੇਰੇ ਨਾਲੋਂ ਵੱਧ ਗੁਆਂਢੀ ਕੋਲ ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰੱਬ ਦੇ ਚੱਲਦਾ ਜੇ ਹੁੰਦਾ ਬਸ ਬੰਦੇ ਦਾ
ਕੀਤੀ ਹੁੰਦੀ ਹਰ ਰੋਜ਼ ਪੰਚਾਇਤ ਰੱਬ ਦੇ ਬਾਲਿਆਂ ਦੇ ਨਾਲੋਂ ਵੀ ਚੰਗਾ ਹੈ ਸੰਧੂਆ ਹੋ ਕੇ ਪੌਜ਼ਿਟਿਵ ਸ਼ੁਕਰ ਮਨਾਈ ਜਾ ਜੇ ਹੈ ਅੰਗ ਪੈਰ ਸਾਹਿਬ ਤੇ ਹੋਰ ਦੱਸੋ ਚੰਨ ਲਈ ਪੰਜ ਚਾਹੀਦਾ ਰੱਬ ਨੂੰ ਲਾਂਭੇ ਦੇਣ ਵਾਲਿਆ ਲੋਕ ਡਾਡੇ ਸੋਚ ਵਿਚਾਰ ਨਹੀਂ ਜ਼ਿੰਦਗੀ ਜਿਉਣੀ ਤੈਨੂੰ ਔਖੀ ਲੱਗਦੀ ਜਾ ਕੇ ਹਸਪਤਾਲ ਗੇੜਾ ਮਾਰ ਲਈ ਚੜਾਈਆਂ ਜਗਦੇ ਪਰ ਆਹ ਕੁਸ਼ਤੀ ਲਈ ਤਾੜੀਆਂ ਮਾਰਦੇ ਉੱਪਰਲੇ ਪਾਸੇ ਪ੍ਰਵੀਨ ਪਹਿਲਵਾਨ ਜੀ ਕੋਹਾਲੀ ਮਾਝੇ ਦਾ ਮਜਾਇਲ ਹੈ ਤੇ ਭੋਲੇ ਕਾਸ਼ਮੀ ਦੇ ਦਰਮਿਆਨ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਜਿੱਥੇ 20 ਮਿੰਟ ਦੀ ਗੱਲ ਇੱਥੇ ਸ਼ੰਕਰ ਟੱਟ ਜੀ ਬਿੱਲੂ ਟੱਟ ਦੇ ਨਾਲ ਕੇਸ ਗੋਣੀ ਜੋਰ ਸਾਹਿਬ ਉਹਨਾਂ ਵੱਲੋਂ ਬਹੁਤ ਵੱਡਾ ਸਤਿਕਾਰ ਪਾਇਆ ਹੋਇਆ ਉਹਨਾਂ ਦਾ ਧੰਨਵਾਦ ਇਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਅੱਜ ਦੀ ਸਿਰੇ ਦੀ ਟੱਕਰ ਦੋਨਾਂ ਤੇ ਮੱਲਾਂ ਦੇ ਦਰਮਿਆਨ ਫਾਈਨਲ ਕੁਸ਼ਤੀ ਚੱਲ ਰਹੀ ਹੈ ਪਰ ਸਿਰੇ ਸਿਰੇ ਦੇ ਮਾਨ ਨੇ ਦੋਨੇ ਐਨ ਵੱਡੀ ਜ਼ਿੰਮੇਵਾਰੀ ਜਿਹੜੀ ਨਿਭਾਈ ਜਾ ਰਹੀ ਹੈ ਨਿਊਜ਼ੀਲੈਂਡ ਵਾਲੇ ਭਰਾਵਾਂ ਦੇ ਵੱਲੋਂ ਅਗਲੇ ਸਾਲ ਹੋਰ ਟਰੈਕਟਰ ਦੇ ਕੇ ਵੱਡੀ ਮਾਨ ਤੇ ਸਨਮਾਨ ਦਿੱਤੇ ਜਾਣੇ ਆ ਦੇਵੀ ਤੈਂਗ ਜੀ ਤੇਗ ਵਾਲਾ ਸਾਡਾ ਭਰਾ ਜਸ਼ਨ ਜੀ ਮੇਰੇ ਨੂੰ ਲਾਈਵ ਦੇਖ ਰਿਹਾ ਹੈ ਨਾਲ ਨਾਲ ਜਾਣਕਾਰੀਆਂ ਨੇ ਭਰਾਵਾਂ ਵੱਲੋਂ ਵੱਡਾ ਪਿਆਰ ਸ਼ੰਕਾ ਢੱਡ ਬਿਲਕੁਲ ਢੱਡ ਤੇ ਕੇਸ ਕੋਈ ਜੋਰ ਸਾਹਿਬ ਵੱਲੋਂ ਲਾਸਟ ਮਿੰਟ ਖੜੀ ਹੋ ਗਈ ਹੈ ਉਂਗਲ ਖੜੀ ਹੋ ਗਈ ਹੈ ਲਾਸਟ ਮਿੰਟ ਦੀ
ਕੁਸ਼ਤੀ ਦੇ ਉੱਤਰਲੇ ਪਾਸੇ ਪ੍ਰਵੀਨ ਬਰਮਾ ਜੀ ਕੁਹਾਈ ਤੇ ਥੱਲੜੇ ਪਾਸੇ ਮਾਲ ਸਿੰਘ ਨੇ ਢੋਲਾ ਕਾਸ਼ਮੀ ਖਾਰੇ ਤਰੀਕੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ। ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਗੱਲਾਂ ਸਮਝਦੀਆਂ ਉੱਪਰਲੇ ਪਾਸੇ ਪ੍ਰਵੀਨ ਹੈ। ਮੈਂ ਵੀ ਪਿੰਡੂ ਲੱਗ ਕੇ ਉਹ ਦੇਖਦਾ ਕੁਸ਼ਤੀ ਦਾ ਯੁੱਧ ਚੱਲਦਾ ਹੋਊਗੀ ਬੱਲੇ ਬੱਲੇ 21,000 ਹਾਂ ਕੋਈ ਵੀ ਮੇਰਾ ਵੀਰ ਬਗੈਰ ਕੋਚ ਕੋਂਟਰ ਨਾਲ ਜਾਵੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ। ਪਰ ਜਿਨ੍ਹਾਂ ਨੇ ਜ਼ਿੰਮੇਵਾਰੀ ਲੱਗੀ ਹੋਈ ਹੈ ਐਨ ਅੱਖ ਬਾਜ ਵਾਲੀ ਨਿਰਮਤਾ ਸਾਧ ਵਾਲੀ ਰੱਖ ਕੇ ਆਪਾਂ ਦਿੱਤਾ ਹੋਇਆ ਟਾਈਮ 20 ਮਿੰਟ ਪੂਰੇ ਹੋ ਗਏ, ਤਾੜੀਆਂ ਮਾਰ ਦਿਓ ਜੋ ਰਾਜੇ ਨਾਲ ਪਹਿਲਵਾਨਾਂ ਦੇ ਲਈ। ਬੁੱਗਲ ਸਾਹਿਬ ਦੱਸੋ 20 ਮਿੰਟ ਪੂਰੇ ਹੋ ਗਏ, ਪੁਆਇੰਟ ਤੇ ਪੈਸੇ ਦੇਣੇ ਕਿ ਨਹੀਂ ਦੇਣੇ ਤੁਸੀਂ ਦੱਸੋ ਸਰ, ਸਾਨੂੰ ਦੱਸ ਦਿਓ ਸਰ। ਅੱਜ ਕੌਣ ਜਿੱਤੂਗਾ ਇਹ ਸਮਾਂ ਦੱਸੇਗਾ, ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ। ਰਾਜਨੇ ਘੁੰਮਣ ਗੋਦੀ ਹੁਣ ਮੇਰਾ ਭਰਾ ਆਪਾਂ ਸਕੂਨ ਦੱਸ ਲਈਏ ਕਿਵੇਂ ਆ ਜਿਹੜੀ ਕੁਸ਼ਤੀ ਚੱਲ ਰਹੀ ਸੀ ਦੱਸਣ ਲੱਗੇ ਜੀ। 3 ਮਿੰਟ ਪਹਿਲਾਂ ਪੁਆਇੰਟ ਦੇ ਦਿੱਤੇ ਜਾਣੇ ਆ, ਜਿਹਦਾ ਰਿਜ਼ਲਟ ਆਉਂਦਾ ਠੀਕ ਹੈ। ਫਿਰ ਉਸ ਤੋਂ ਬਾਅਦ 2 ਮਿੰਟ ਟਾਸ ਦੇ ਪੁਆਇੰਟ ਦੇ ਦਿੱਤੇ ਜਾਣੇ, ਜਿਹੜਾ ਮਾਲ ਟਾਸ ਜਿੱਤੇਗਾ ਉਹਨੇ 1 ਪੁਆਇੰਟ ਬਣਾ ਲਿਆ। ਦੂਸਰੇ ਨੂੰ 2 ਮਿੰਟ ਦਿੱਤੇ ਜਾਣੇ, ਹੱਕ ਬਰਾਬਰ ਦਾ ਦਿੱਤਾ ਜਾਣਾ। ਜੇ 2 ਮਿੰਟਾਂ 'ਚ 1 ਪੁਆਇੰਟ ਬਣਾ ਦਿਓ ਫਿਰ ਮਾਲ ਕੁਸ਼ਤੀ ਦਾ ਜੇਤੂ ਹੈ, ਜਿਹਨੇ ਟਾਸ ਜਿੱਤੀ ਨਹੀਂ ਤਾਂ ਫਿਰ ਉਹ ਜੇਤੂ ਹੈ। ਇਹ ਨੋਟ ਕਰ ਦਿਓ। ਜਦੋਂ ਅੰਤ ਸਮਾਂ ਮਾੜਾ ਹੋਵੇ ਇੱਧਰ ਧੰਨਵਾਦ ਕੀਤਾ ਜਾ ਰਿਹਾ ਸਾਡੇ ਬਿੰਦਰ ਸਾਡਾ ਭਰਾ ਯੂਕੇ ਦੀ ਧਰਤੀ ਤੋਂ ਸਕਾਟਲੈਂਡ ਤੋਂ ਅੱਜ ਦੇ ਸ਼੍ਰੀ ਮੇਲੇ ਨੂੰ ਲਾਈਵ ਦੇਖ ਰਿਹਾ ਹੈ। ਸ਼ਿੰਦਾ ਢੱਟ ਸਾਹਿਬ ਕਹਿੰਦੇ ਵੀ ਮੁਬਾਰਕਾਂ ਦੇ ਰਹੇ ਸਾਰੇ ਨਗਰ ਨੂੰ, ਬਹੁਤ ਵੱਡੇ ਪੱਧਰ ਦਾ ਜਿਹੜਾ ਵਿਸ਼ੇ ਨੂੰ ਮੇਲਾ ਕਰਾਇਆ, ਦੁਨੀਆਂ ਦੇ ਨਾਮੀ ਮੱਲ ਭਿੜਿਆ। ਪੋਲਾ ਮੈਚ ਆ ਰਿਹਾ ਮੇਰਾ ਵੀ ਕੁਸ਼ਤੀ ਪੁਆਇੰਟ ਦੇ ਆਧਾਰ ਤੇ ਗੱਡੀ ਸ਼ੁਰੂ ਹੋਣ ਲੱਗੀ ਹੈ। ਦੋਨਾਂ ਭਲਵਾਨਾਂ ਲਈ ਤਾੜੀਆਂ ਮਾਰਦੇ ਜਿਹੜੇ ਮੇਰੇ ਵੀ ਕੈਮਰੇ ਦੇ ਸਾਹਮਣੇ ਨੇ, ਆਪਾਂ ਫਿਰ ਕੇ ਜਿਹੜਾ ਆਨੰਦ ਮਾਣੀਏ। ਅੱਜ ਦੀ ਫਾਈਨਲ ਕੁਸ਼ਤੀ ਚੱਲ ਰਹੀ ਹੈ, ਸਰਦਾਰ ਨਛੱਤਰ ਸਿੰਘ ਜੀ ਮਾਘੀ ਜੀ ਦੇ ਪਰਿਵਾਰ ਵੱਲੋਂ 1 ਲੱਖ ਰੁਪਏ ਦੇ ਸਹਿਯੋਗ ਨੇ ਇਸ ਕੁਸ਼ਤੀ ਦੇ ਲਈ। ਲੈਂਬਰ ਸਿੰਘ ਜੀ ਪਹਿਲਵਾਨ ਸਾਹਿਬ ਨੋਟ ਕਰ ਲਿਓ, ਲੰਗੋਟ ਦੇ ਵਿੱਚ ਹੱਥ ਪਾਉਣਾ ਬਾਹਰ ਨੂੰ ਜਮਾ ਪੁਆਇੰਟ ਹੋ ਜਾਂਦਾ ਹੈ। ਹਾਂ ਗਰਾਊਂਡ ਤੋਂ ਬਾਹਰ ਜਿਹੜਾ ਵੀ ਗਿਆ ਮੇਰਾ ਭਰਾ ਜਿਹੜਾ ਪੁਆਇੰਟ ਅਪੋਜਿਟ ਦਿੱਤਾ ਜਾਣਾ। ਦੋਨੇ ਪਹਿਲਵਾਨ ਵੀ ਧਿਆਨ ਦਿੰਦਾ ਕੁਸ਼ਤੀ ਪੁਆਇੰਟ ਦੇ ਆਧਾਰ ਤੇ ਸ਼ੁਰੂ ਹੋ ਗਏ ਤਾੜੀ ਮਾਰਦੇ ਜ਼ੋਰਦਾਰ ਹੈ। ਜਿਹੜੇ ਸਭ ਤੋਂ ਪੀੜਾਂ ਮਜਬੂਰੀਆਂ ਨੂੰ ਇਸ ਗਿਣਤੀ ਵਿੱਚ ਕੁਝ ਖਾਸ ਆਉਂਦੇ, ਜਿਹੜੇ ਟਿੱਜ ਨਹੀਂ ਜਾਣਦੇ ਯਾਰੀਆਂ ਨੂੰ, ਐਸੇ ਯਾਰਾਂ ਤੇ ਨਹੀਂ ਵਿਸ਼ਵਾਸ ਆਉਂਦੇ, ਪੱਲੇ ਝਾੜ ਕੇ ਜਿਹੜੇ ਕੁਝ ਨਹੀਂ ਕਰਦੇ ਉਹ ਕਦੇ ਮੁੜਦੇ ਨਹੀਂ ਗਰਦਾਸ ਆਉਂਦੇ, ਇੱਕ ਹੀ ਨਜ਼ਰ ਫਿਰ ਨਹੀਂ ਚੁੱਪ ਹੁੰਦੇ, ਪੱਟੇ ਸ਼ੱਕ ਦੇ ਘਰ ਨਹੀਂ ਕਦੇ ਰਾਸ ਆਉਂਦੇ। 21,000 ਰੁਪਇਆ ਦਿੱਤਾ ਜਾਣਾ ਜੇਤੂ ਮਾਲ ਦੇ ਲਈ। ਹੈਪੀ ਮਾਹੀ
ਸੋਨੂੰ ਪਟਿਆਲੇ ਤੇ ਸੋਨੂੰ ਜਲੰਧਰ ਦੇ ਵੱਲੋਂ, ਸਰਜੀਤ ਸਿੰਘ ਜੀ ਦਦਰਾ ਪਰਿਵਾਰ ਦੇ ਵੱਲੋਂ ਹੈ, ਸ਼ਿੰਦਰ ਸਮਰਾ ਜੀ ਨਿਊਜ਼ੀਲੈਂਡ ਵਾਲੇ ਉਹਨਾਂ ਦੇ ਵੱਲੋਂ 5500 ਰੁਪਇਆ ਜਿੱਤਣ ਵਾਲੇ ਪਰਿਵਾਰ ਦੇ ਆ। ਕੁਸ਼ਤੀ ਦੇ ਵਿੱਚ ਵੱਡੇ ਯੋਗਦਾਨ ਲੱਗ ਗਿਆ, ਦੇਖਾਂਗੇ ਕੌਣ ਜਿੱਤਦਾ ਕੌਣ ਹੁੰਦਾ, ਗੱਲਾਂ ਸਮੇਂ ਦੀਆਂ। ਦੁਨੀਆਂ ਦੇ ਵੱਡੇ ਮੱਲਾਂ ਦੇ ਦਰਸ਼ਨ ਸਮੁੱਚ ਨਗਰ ਦੇ ਵਿੱਚ ਹੋਏ ਆ। ਸਾਰੀਆਂ ਸ਼ਹੀਦਾਂ ਦਾ ਦਿਲੋਂ ਧੰਨਵਾਦ, ਜਿਹਨਾਂ ਨੇ ਵੱਡਾ ਪਿਆਰ ਦਿੱਤਾ ਹੈ ਕਿ ਹੀਰੇ ਪਰਕੀ ਦੇ ਨਹੀਂ ਕੁਆਰੀਆਂ ਤੋਂ ਜਾਣੇ ਚੋਰੇ ਕੀਮਤ ਤੋਲਿਆਂ ਦੀ, ਪਰ ਹਰ ਵਾਰ ਤਾਂ ਸ਼ੋਰ ਨਹੀਂ ਕਰਦੇ, ਆਵਾਜ਼ ਹੁੰਦੀ ਥੋਥੇ ਛੋਲਿਆਂ ਦੀ, ਸੱਚੀ ਗੱਲ ਸਮਾਂ ਸਮਰੱਥ ਹੁੰਦਾ, ਲਿਪੇ ਬਿਨਾਂ ਕੀ ਜੂਣ ਭਰੋਦਿਆਂ ਦੀ, ਸੰਧੂ ਘਰਾਂ ਦੇ ਘਰ ਬਰਬਾਦ ਹੋਵਣ, ਮਾੜੀ ਹੁੰਦੀ ਆ ਉਹੀ ਉਹੀ ਅਰਜਨ ਦੇ ਤੀਰ ਤੋਂ ਹੀ ਅਰਜਨ ਦੇ ਰੱਜ ਕੇ ਆ ਤੋਨੀ ਜੀ, ਸਿੰਦਰ ਸਮਰਾ ਜੀ, ਭੁਪਿੰਦਰ ਪਾਸਵਾ ਜੀ, ਸੁਖਦੇਵ ਸਿੰਘ ਸਮਰਾ ਜੀ, ਟੋਲਾ ਸਮਰਾ ਤੇ ਮਨਜਿੰਦਰ ਸੋਚਦੇ ਹੋਏ ਦਾਸ ਦਾ ਬਹੁਤ ਵੱਡਾ ਸਨਮਾਨ ਕਰਦੇ ਆ, ਮੈਂ ਆਪਣੀ ਵੱਲੋਂ ਧੰਨਵਾਦੀ ਹੈ। ਇੱਕ ਪਾਸੇ ਭੋਲਾ ਕਾਸ਼ਣੀ ਲੱਗਾ ਹੋਇਆ ਜ਼ੋਰ, ਦੂਏ ਪਾਸੇ ਅਗਲੇ ਮਹੀਨੇ ਦੀ 14 ਤਰੀਕ ਨੂੰ ਜੱਟਾਂ ਦੇ ਹਰਿਆਣਾ ਦੇ ਵਿੱਚ ਬਹੁਤ ਵੱਡਾ ਜਿਹੜਾ ਦੰਗਲ ਹੋਣ ਜਾ ਰਿਹਾ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਹੁਕਮ ਪਾ ਕੇ ਪੁੱਜਣਾ। ਇੱਧਰ ਸਾਡੇ ਗੁਰਦੇਵ ਸਿੰਘ ਜੀ ਗੋਦੀ ਤੇਗ ਵਾਲੇ ਗੁਰੂ ਭਰਾ ਦਾ ਬਹੁਤ ਵੱਡਾ ਧੰਨਵਾਦ, ਜਿਹੜੇ ਤੇਗ ਵਾਲੇ ਸ਼ਖਸੀਅਤਾਂ ਦਾ ਸਤਿਕਾਰ ਹੈ। ਹਾਂ, ਟਾਸ ਜਿਹੜੀ ਭੋਲੇ ਨੇ ਜਿੱਤ ਲਈ, 2 ਮਿੰਟ ਪ੍ਰਵੀਨ ਨੂੰ ਦਿੱਤੇ ਗਏ।
ਨਵੀ ਪ੍ਰਵੀਨ ਤੇਰੇ ਲਈ 2 ਮਿੰਟ ਆ ਚਲਦੀ ਗੁੱਤੀ ਚ ਭੋਲਾ ਵੀ ਪੁਆਇੰਟ ਬਣਾ ਦੇਣਾ ਤਾਂ ਵੀ ਜੇਤੂ ਹੈ ਡੈਰੇ ਤੋਂ ਬਾਹਰ ਨਹੀਂ ਜਾਣਾ ਨੋਟ ਕਰ ਰਹੇ ਉਹਨੂੰ ਗੋਟ ਨੂੰ ਹੱਥ ਨਹੀਂ ਪਾਉਣਾ ਪਹਿਲਾਂ ਮਿੱਟੀ ਲਾ ਲਓ ਜਿੰਨੀ ਲਾਉਣੀ ਬਾਅਦ ਚ ਮਿੱਟੀ ਨਹੀਂ ਲਾਉਣ ਦੇਣੀ ਜੇ ਮੈਂ ਮਿੱਟੀ ਦੇ ਵਿੱਚ ਮਿੱਟੀ ਹੋਣਾ ਚਾਹੁੰਦਾ ਆ ਤੈਨੂੰ ਮਿੱਟੀ ਤੋਂ ਲਾਉਂਦੀ ਹੈ ਮਟਿਆਰੇ ਵੀ ਜਦ ਤੋਂ ਵੀ ਲਓ ਸਾਹਿਬ ਅੱਜ ਬੱਲੇ ਬੱਲੇ ਹੈ ਅੱਜ ਫੁੱਲੇ ਹਿਲਾ ਰਹੇ ਹੈ ਅੱਜ ਕਰਦੇ ਹਾਂਜੀ ਆਹ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਟਾਸ ਜਿਹੜੀ ਭੋਲੇ ਨੇ ਜਿੱਤ ਰਹੀ ਹੈ ਜੇ ਪੁਆਇੰਟ ਭੋਲਾ ਬਣਾਉਂਦਾ ਤਾਂ ਭੋਲਾ ਜੇਤੂ ਨਹੀਂ ਤਾਂ ਜੇ ਪ੍ਰਵੀਨ ਬਣਾਉਂਦਾ ਉਸੇ ਟਾਈਮ ਕੁਸ਼ਤੀ ਜਿਹੜੀ ਬੰਦ ਹੋ ਜਾਣੀ ਹੈ ਜਿਹੜਾ ਬੰਦ ਉਹਦਾ ਮਰਜ਼ੀ ਵਿੱਚੋਂ ਪੁਆਇੰਟ ਕਰਾ ਦੇਵੇ ਹੁਣ 2 ਮਿੰਟ ਦਾ ਟਾਈਮ ਆ ਪ੍ਰਵੀਨ ਸਿੰਘ ਮਾਰ ਹੱਲਾ ਉਹ ਜੋ ਬੱਲੇ ਬੱਲੇ ਭੋਲਾ ਟਾਸ ਦੇ ਬਿਨਾਂ ਚੱਲ ਰਿਹਾ ਕੁਸ਼ਤੀ ਪੱਟੀ ਚੱਲ ਰਹੀ ਹੈ ਤੇ ਥੱਕ ਟੁੱਟ ਕੇ ਯਾਦ ਜ਼ਮੀਰ ਆਉਂਦੀ ਤੇ ਸਦਾ ਵੱਧ ਆਉਂਦਾ ਗਾਣ ਦਾ ਵੀ ਹਰ ਜਗ੍ਹਾ ਦੀ ਵੱਡੇ ਨੋਟ ਚੱਲਦੇ ਤੇ ਕਿਤੇ ਸਮਾਂ ਹੁੰਦਾ ਹੈ ਭਾਣ ਦਾ ਵੀ ਸਦਾ ਡਾਂਗ ਤੇ ਡੇਰਾ ਨਾ ਰਹੇ ਸੰਧੂ ਅੰਤ ਹੁੰਦਾ ਹੈ ਕਿਤੇ ਗਵਾਨ ਦਾ ਵੀ ਸਦਾ ਡਾਂਗ ਤੇ ਡੇਰਾ ਨਾ ਰਹੇ ਸੰਧੂ ਅੰਤ ਹੁੰਦਾ ਹੈ ਕਿਤੇ ਗਵਾਨ ਦਾ ਵੀ ਇਹ ਚੋਰ ਜਿਹਦੇ ਵਿੱਚ ਹੁੰਦਾ ਉਹਨੂੰ ਕਮਾਣ ਹੁੰਦਾ ਹੈ ਤੇ ਹੁਣ 2 ਮਿੰਟ ਦੇ ਵਿੱਚ ਜਿੱਤ ਹਾਰ ਦੀ ਗੱਲ ਹੋਣੀ ਹੈ ਇਹ ਤੇ ਜਗਤਾਰ ਸਿੰਘ ਜੀ ਕਹਿ ਰਹੇ ਉਹਨਾਂ ਦੇ ਪਰਿਵਾਰ ਵੱਲੋਂ ਹੋਰ 1100 ਰੁਪਏ ਲੱਗ ਗਿਆ ਜਿਹੜਾ ਮੱਲ ਕੁਸ਼ਤੀ ਜਿੱਤੇਗਾ ਸਰਬਸੀ ਜਗਤਾਰ ਸਿੰਘ ਜੀ ਕਹਿ ਰਹੇ ਉਹਨਾਂ ਦੇ ਪਰਿਵਾਰ ਵੱਲੋਂ ਪਿੰਡਾਂ ਦੇ ਦੂਸਰੇ ਪਾਸੇ ਇਧਰਲੇ ਪਾਸੇ ਜਿੰਨੇ ਵਾਲੀ ਢੋਲਾ ਹੈ ਕਾਸ਼ਨੀ ਦੇ ਨਾਲ ਪ੍ਰਵੀਨ ਬਲਵਾਨ ਦੀ ਵੱਡੀ ਕੁਸ਼ਤੀ ਚੱਲ ਰਹੀ ਹੈ ਆਉਂਦਾ ਸਵਾਗਤ ਤਾੜੀਆਂ ਮਾਰ ਦੂ ਜੋਕਰ ਜੇ ਕੁਸ਼ਤੀ ਦਾ ਰਿਜ਼ਲਟ ਆਉਂਦਾ ਛਿੰਦਾ ਘੱਟ ਜੀ ਕਹਿੰਦੇ ਵੀ 1000 ਸਾਡੇ ਵੱਲੋਂ ਹੋਰ ਐਡ ਕਰ ਦਿਓ 1 ਮਿੰਟ ਹੋਊਗਾ ਚੱਲਦੀ ਕੁਸ਼ਤੀ ਨੂੰ ਦੂਸਰਾ ਮਿੰਟ ਤਿਆਰ ਦੋਨਾਂ ਭਰਾਵਾਂ ਨੂੰ ਬੇਨਤੀ ਵੀ ਮਾਰੋ ਹੱਲਾ ਜੇ ਕੁਸ਼ਤੀ ਵਧੀਆ ਲੱਗ ਰਹੀ ਕੋ ਤਾੜੀ ਮਾਰ ਦੋ ਜੋ ਕਰ ਜਿਹੜਾ ਮਾਲਕ ਕੁਸ਼ਤੀ ਜਿੱਤੇਗਾ ਸਾਡੇ ਸ਼੍ਰੀ ਰੇਸ਼ਮ ਲਾਲ ਜੀ ਇੰਸਪੈਕਟਰ ਸਾਹਿਬ ਉਹਨਾਂ ਦੇ ਸਪੁੱਤਰ ਹੈਪੀ ਮਾਹੀ ਦੇ ਵੱਲੋਂ 1000 ਰੁਪਇਆ ਹੋਰ ਐਡ ਹੋ ਗਿਆ ਧੰਨਵਾਦ ਕੀਤਾ ਜਾ ਰਿਹਾ ਸਾਰੀਆਂ ਸ਼ਖਸੀਅਤਾਂ ਦਾ ਜਿਹਨਾਂ ਵੱਲੋਂ ਬਹੁਤ ਉਪਰਾਲਾ ਛਿੰਦਾ ਘੱਟ ਜੀ ਕਹਿੰਦੇ ਵੀ 1000 ਰੁਪਇਆ ਮੇਰੇ ਕੋਲ ਪੁੱਜ ਗਿਆ ਜਿਹੜਾ ਮਾਲਕ ਜਿੱਤੇਗਾ ਉਹਦੀ ਵੱਡੀ ਰਾਸ਼ੀ ਮੇਰੇ ਕੋਲ ਪੁੱਜ ਗਈ ਬਹੁਤ ਧੰਨਵਾਦ 30000 ਰੁਪਇਆ ਲੱਗਾ ਹੈਪੀ ਮਾਹੀ ਸੋਨੂ ਪਟਿਆਲੇ ਸੋਨੂ ਜਲੰਧਰ ਦੇ ਵੱਲੋਂ ਸ਼ਿੰਦਰ ਸਮਰਾ ਜੀ ਨਿਊਜ਼ੀਲੈਂਡ ਵੱਲੋਂ 5000 ਰੁਪਇਆ ਜਿਹੜਾ ਲੱਗਾ ਹੋਇਆ ਇੱਕ ਪਾਸੇ ਭੋਲਾ ਕਾਸ਼ਨੀ ਮੈਂ ਸੁਰਿੰਦਰ ਖੰਡਾ ਜੀ ਤੇ ਰਜਿੰਦਰ ਖੋਰਦਾ ਹੋਇਆ ਤਾਂ ਆਪਣੀ ਵੱਲੋਂ ਵੀ ਧੰਨਵਾਦ ਕਰ ਰਿਹਾ ਦਾਸ ਦਾ ਗੁਰੂ ਨਾਲ ਸਨਮਾਨ ਕੀਤਾ ਸੀ ਆਓ ਕੁਰਬਾਨੀ ਨਾਲ ਜੁੜੀਏ ਇੱਕ ਪਾਸੇ ਨੌਜਵਾਨ ਭੋਲਾ ਕਾਸ਼ਨੀ ਹੈ ਸਮਾਂ ਬੀਤ ਗਿਆ ਚਲਦੀ ਕੁਸ਼ਤੀ ਦੇ ਵਿੱਚ ਭੋਲਾ ਕਾਸ਼ਨੀ ਕਹਿੰਦੇ ਜੇ ਤੂੰ ਤਾੜੀਆਂ ਮਾਰ ਦੋ ਜੋ ਟਾਸ ਦੇ ਦਸ ਦੇ ਮੁੰਡੇ ਨੇ ਬੱਲੇ ਬੱਲੇ ਕਰਵਾਈ ਟਾਸ ਤੋਂ ਬਾਅਦ ਕਹਿੰਦੇ ਜੇ ਹਾਰ ਬਣੀ ਤਾੜੀਆਂ ਮਾਰ ਦੋ ਜੋ ਦੋਨਾਂ ਭਰਵਾਨਾਂ ਦੇ ਲਈ